ਅੱਜ ਅਸੀਂ ਤਿਰਸ਼ੀ ਗੁਣਾ ਵਿਧੀ ਰਾਹੀਂ ਦੋ ਚਲਾਂ ਵਾਲੀ ਰੇਖੀ ਸਮੀਕਰਨਾਂ ਦੇ ਜੋੜੇ ਨੂੰ ਹੱਲ ਕਰਨਾ ਸਿੱਖਾਂਗੇ ਮੈਂ ਐਗਜ਼ਾਮਪਲ ਲਈ ਹੈ x y 5 2x 3y 4 ਤੁਸੀਂ ਦੇਖ ਰਹੇ ਹੋ ਕਿ ਮੈਂ ਵਿਲੋਪਨ ਵਿਧੀ ਵਾਲੀ ਹੀ ਐਗਜ਼ਾਮਪਲ ਲਈ ਹੈ ਸੋ ਇਸ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ x ਦੇ ਗੁਨਾਕ ਅਤੇ y ਦੇ ਗੁਨਾਕ ਤੇ ਕਨਸਟੈਂਟ ਟਰਮ ਦੇਖਦੇ ਹਾਂ x ਦੇ ਗੁਨਾਕ ਇਸ ਵਿੱਚ ਹਨ 1 ਤੇ نیچے ਵਾਲੀ ਸਮੀਕਰਨ ਵਿੱਚ x ਦਾ ਗੁਣਾਂਕ ਹੈ 2 ਉੱਪਰ ਵਾਲੀ ਇਕੁਏਸ਼ਨ ਵਿੱਚ y ਦਾ ਗੁਣਾਂਕ ਇੱਕ نیچے ਵਾਲੀ ਇਕੁਏਸ਼ਨ ਵਿੱਚ y ਦਾ ਗੁਣਾਂਕ ਹੈ -3 ਅਤੇ ਕਨਸਟੈਂਟ ਟਰਮ ਉੱਪਰ ਵਾਲੀ ਸਮੀਕਰਨ ਵਿੱਚ 5 ਔਰ نیچے ਵਾਲੇ ਸਮੀਕਰਨ ਵਿੱਚ 4 ਅਸੀਂ ਤੁਸੀਂ ਉੱਪਰ ਦੇਖ ਰਹੇ ਹੋਵੋਗੇ ਕਿ ਮੈਂ ਇਸ ਨੂੰ ਨੰਬਰਿੰਗ ਦਿੱਤੀ ਹੈ 1 2 ਤੇ 3 ਹੁਣ ਅਸੀਂ ਇਸ ਮੈਥਡ ਨੂੰ 2 3 1 2 ਮੈਥਡ ਵੀ ਕਹਿੰਦੇ ਹਾਂ 2312 ਮੈਥਡ ਸਭ ਤੋਂ ਪਹਿਲੇ ਅਸੀਂ ਦੂਸਰੇ ਨੰਬਰ ਵਾਲੇ ਗੁਣਾਂਕ ਜਿਹੜੇ ਆ ਉਹ ਲਿਖਾਂਗੇ दूस फिर अं तीसरे नंबर वाले गुनाक लिखा फिर अं पहले नंबर वाले गुनाक लिखा फिर असी अगेन रिपीट करा दूसरे नंबर वाले गुनाक टर्म्स नैक्सट हूँ से लिखा एक्स ਬਟਾ ਤੁਸੀਂ ਦੇਖ ਰਹੇ ਹੋ ਮੈਂ ਲਿਖਿਆ ਐਕਸ ਬਟਾ ਅ ਅਸੀਂ ਕੀ ਕਰਨਾ ਹੈ ਬੱਚੇ 1 ਨੂੰ ਅਸੀਂ 4 ਦੇ ਨਾਲ ਗੁਣਾ ਕਰਨਾ ਹੈ ਦੇਖੋ ਇਸ ਤਰ੍ਹਾਂ ਮੈਂ ਐਰੋ ਪਾਏ ਹੋਏ ਹਨ ਇਹਨਾਂ ਐਰੋਜ਼ ਨੂੰ ਧਿਆਨ ਨਾਲ ਦੇਖੋ 1 ਨੂੰ 4 ਨਾਲ ਗੁਣਾ ਕਰਨਾ ਹੈ ਵਿਚਕਾਰ ਮਾਈਨਸ ਦਾ ਨਿਸ਼ਾਨ -3 ਨੂੰ ਅਸੀਂ 5 ਨਾਲ ਗੁਣਾ ਕਰਨਾ ਹੈ ਔਰ ਧਿਆਨ ਨਾਲ ਧਿਆਨ ਨਾਲ ਕਰੋ ਕਿ ਇਸ ਚੀਜ਼ਾਂ ਧਿਆਨ ਦਿਓ ਕਿ ਅਸੀਂ ਇਸੇ ਕ੍ਰਮ ਵਿੱਚ ਹੀ ਗੁਣਾ ਕਰਨਾ ਹੈ ਜਿਸ ਤਰ੍ਹਾਂ ਪਹਿਲੇ 1 ਨੂੰ 4 ਨਾਲ ਫਿਰ -3 ਨੂੰ 5 ਨਾਲ ਇਸੇ ਤਰ੍ਹਾਂ y ਦੇ نیچے 5 ਨੂੰ 2 ਨਾਲ 4 ਨੂੰ 1 ਨਾਲ -1 ਅਗਲਾ ਹੈ ਸਾਡਾ -1 -1 ਦੇ نیچے 1 ਨੂੰ -3 ਨਾਲ ਔਰ ਮਾਈਨਸ 1 ਨੂੰ 2 ਨਾਲ ਨੈਕਸਟ ਅ ਕਿਉਂਕਿ ਅਸੀਂ 1 ਨੂੰ 4 ਨਾਲ ਗੁਣਾ ਕੀਤਾ 4 5 ਨੂੰ -3 ਨਾਲ ਗੁਣਾ ਕੀਤਾ 15 5 5 3 15 ਸਾਡੇ ਹੋ ਗਏ ਪਲੱਸ ਇਸੇ ਤਰ੍ਹਾਂ 5 ਨੂੰ 2 ਨਾਲ ਗੁਣਾ ਕੀਤਾ 10 1 ਨੂੰ 4 ਨਾਲ ਗੁਣਾ ਕੀਤਾ 4 10 ਵਿੱਚੋਂ 4 ਮਾਈਨਸ ਕਰਾਂਗੇ ਅ नीचे इस तरफ 1 ਨੂੰ -3 ਨਾਲ ਗੁਣਾ ਕੀਤਾ -3 1 ਨੂੰ 2 ਨਾਲ ਗੁਣਾ ਕੀਤਾ 2 ਅਸੀਂ ਦੇਖਦੇ ਹਾਂ x ਸਾਡੇ ਕੋਲ ਆ ਗਿਆ 15 4 19 y 10 4 ਕਿੰਨਾ ਆ ਗਿਆ 6 ਔਰ -1 -3 ਤੇ -2 ਬਣ ਗਿਆ -5 ਆਹੀ ਉਸ ਦਾ ਆਪਸ ਵਿੱਚ ਕੱਢ ਦਿੱਤਾ ਹੁਣ ਅਸੀਂ ਪਹਿਲੀ ਟਰਮ ਤੇ ਤੀਸਰੀ ਟਰਮ ਇਹਨਾਂ ਦੋਨਾਂ ਟਰਮਸ ਨੂੰ ਲਵਾਗੇ ਆਪਸ ਵਿੱਚ ਸਾਹਮਣੇ ਆਮਨੇ ਸਾਹਮਣੇ ਤਾਂ x ਦੀ ਵੈਲਿਊ ਕੱਢਣ ਲਈ ਅਸੀਂ 19 ਨੂੰ ਅ ਦੂਸਰੇ ਪਾਸੇ ਲੈ ਕੇ ਜਾਵਾਂਗੇ ਤੇ 19 ਜਿਹੜਾ ਇਸ طرف ਡਿਵਾਈਡ ਹੈ ਦੂਸਰੇ ਦੂਸਰੀ ਤਰਫ ਜਾ ਕੇ ਮਲਟੀਪਲਾਈ ਹੋ ਜਾਏਗਾ ਸਾਡੀ ਐਕਸ ਦੀ ਵੈਲਿਊ ਆ ਜਾਏਗੀ 19/5 ਇਸੇ ਤਰ੍ਹਾਂ ਅਸੀਂ ਜਦੋਂ ਦੂਸਰੀ ਤੇ ਤੀਸਰੀ ਟਰਮ ਨੂੰ ਆਪਸ ਵਿੱਚ ਇਕੱਠੇ ਲਵਾਂਗੇ ਤੇ 6 ਨੀਚੇ ਡਿਵਾਈਡ ਹੈ 6 ਦੂਸਰੀ ਤਰਫ ਆ ਜਾ ਕੇ ਮਲਟੀਪਲਾਈ ਹੋ ਜਾਏਗਾ ਗੁਣਾ ਹੋ ਜਾਏਗਾ ਤੇ ਵਾਈ ਦੀ ਵੈਲਿਊ ਆ ਜੇਗੀ 6/5 ਸੋ ਇਸ ਤਰ੍ਹਾਂ ਤਿਰਸ਼ੀ ਗੁਣਾ ਵਿਧੀ ਰਾਹੀਂ ਅਸੀਂ ਸਮੀਕਰਨ ਜੋੜਿਆਂ ਨੂੰ ਹੱਲ ਕਰਨਾ ਸਿੱਖੀ